ਨਾ ਐਸੇ ਚਾ ਅੱਜ 6 ਤਰੀਕ ਆ, ਉਸ ਦਿਨ 4 ਤਰੀਕ ਤਿੰਨ ਦੀ ਰਾਤ ਨੂੰ ਉਹਦੀ ਸਟੱਪਣੀ ਚੋਰੀ ਹੋਈ। ਡੀਜ਼ਲ ਵੀ ਲੱਗ ਗਿਆ, ਬੈਟਰੀ ਵੀ ਇਹਨਾਂ ਨੇ ਚੋਰੀ ਕਰਨ ਦੀ ਕੋਸ਼ਿਸ਼, ਬਟ ਬੈਟਰੀ ਨਾਲ ਹੋਈ ਨਹੀਂ ਹੈਗੀ, ਪਤਾ ਨਹੀਂ ਕਾਹਲੀ 'ਚ ਨਹੀਂ ਹੋਈ ਜਾਂ ਕਿੱਦਾਂ ਕਿੱਦਾਂ ਨਹੀਂ। ਸਾਡੀ ਗੱਡੀਆਂ ਵਿੱਚ ਚੋਰੀ ਹੋ ਰਹੀ ਆ, ਕੱਲ੍ਹ ਨੂੰ ਭਾਜੀ ਘਰਾਂ ਵਿੱਚ ਚੋਰੀਆਂ ਹੋਣਗੀਆਂ, ਫਿਰ ਅਸੀਂ ਕੀ ਕਰਾਂਗੇ? ਹੁਣ ਨਹੀਂ ਮੁਲਾਜ਼ਮ ਆ ਰਹੇ, ਕੱਲ੍ਹ ਨੂੰ ਘਰਾਂ 'ਚ ਚੋਰੀਆਂ ਹੋਣਗੀਆਂ, ਕੱਲ੍ਹ ਨੂੰ ਕੀ ਕਰਨਗੇ? ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਕਿ ਘਰਾਂ ਦੇ ਨਾਲ ਨਾਲ ਹੁਣ ਗੱਡੀਆਂ ਦੇ ਵਿੱਚ ਵੀ ਡਾਕਾ ਮਾਰਨਾ ਜਿਹੜਾ ਹੈ ਚੋਰਾਂ ਵੱਲੋਂ ਸ਼ੁਰੂ ਕਰ ਦਿੱਤਾ ਹੈ। ਜੀ ਹਾਂ, ਤੁਸੀਂ ਬਿਲਕੁਲ ਠੀਕ ਸੁਣ ਰਹੇ ਹੋ, ਜੇਕਰ ਤੁਸੀਂ ਵੀ ਆਪਣੀ ਗੱਡੀ ਘਰ ਦੇ ਬਾਹਰ ਰੋਡ ਤੇ ਜਾਂ ਗਲੀ ਦੇ ਵਿੱਚ ਲਾਉਂਦੇ ਹੋ ਤਾਂ ਸਤਰਕ ਹੋ ਜਾਓ, ਕਿਉਂਕਿ ਚੋਰ ਜਿਹੜੇ ਨੇ ਉਹ ਨਿਹਾਇਤੀ ਜਿਹੜੇ ਨੇ ਬੇਸ਼ਰਮ ਹੋ ਚੁੱਕੇ ਨੇ, ਘਰਾਂ ਦੇ ਨਾਲ ਨਾਲ ਉਹ ਘਰਾਂ ਦੇ ਬਾਹਰ ਲੱਗੀਆਂ ਗੱਡੀਆਂ ਵੀ ਨਹੀਂ ਬਖਸ਼ ਰਹੇ। ਤੁਹਾਨੂੰ ਦੱਸ ਦਿੰਦੇ ਹਾਂ, ਤਾਜ਼ਾ ਮਾਮਲਾ ਸਾਹਮਣੇ ਆਇਆ ਧੀਰਾਂ ਜੱਟਾਂ ਦੇ ਵੱਲੋਂ, ਜਿੱਥੇ ਲੋਕਾਂ ਦਾ ਜੇਕਰ ਅਸੀਂ ਗੱਲ ਕਰੀਏ ਤਾਂ ਸੁਖਪ੍ਰੀਤ ਸਿੰਘ ਨਾਮ ਦੇ ਵਿਅਕਤੀ ਦੇ ਟਰੱਕ ਦੇ ਵਿੱਚੋਂ ਜਿਹੜਾ ਹੈ ਉਹ 5500 ਅਤੇ ਬੈਟਰੀ ਜਿਹੜੀ ਹੈ ਉਹ ਪੱਟਣ ਦੀ ਕੋਸ਼ਿਸ਼ ਕੀਤੀ, ਪਰ ਬੈਟਰੀ ਕਿਤੇ ਨਾ ਕਿਤੇ ਕੱਢਣ ਦੇ ਵਿੱਚ ਹਫਰਾ ਤਫਰੀ ਦੇ ਵਿੱਚੋਂ ਨਹੀਂ ਕੱਢ ਪਾਏ, ਪਰ ਹਾਂ 85 ਲੀਟਰ ਡੀਜ਼ਲ ਜਿਹੜਾ ਹੈ ਉਹ ਕੱਢ ਕੇ ਲੈ ਗਏ ਅਤੇ 5500 ਰੁਪਏ ਜਿਹੜੇ ਨੇ ਉਹ ਉਹਨਾਂ ਨੇ ਟਰੱਕ ਦੇ ਵਿੱਚ ਰੱਖੇ ਹੋਏ ਸੀ ਰਾਸ਼ੀ, ਅਤੇ ਉਹ ਵੀ ਕੱਢ ਕੇ ਲੈ ਗਏ। ਤਾਂ ਤੁਸੀਂ ਦੇਖ ਸਕਦੇ ਹੋ, ਮਿਹਨਤ ਮਜ਼ਦੂਰੀ ਕਰਨ ਵਾਲੇ ਦੇ ਨਾਲ ਚੋਰਾਂ ਨੇ ਅਜਿਹਾ ਹਾਦਸਾ ਜਿਹੜਾ ਹੈ ਉਹ ਉਸਦੇ ਉਹਨਾਂ ਦੇ ਨਾਲ ਜਿਹੜਾ ਅਜਿਹਾ ਹਾਦਸਾ ਵਾਪਰਿਆ। ਅਤੇ ਜੇਕਰ ਅਸੀਂ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ, ਤਾਂ ਉਹਨਾਂ ਦਾ ਕਹਿਣਾ ਹੈ ਕਿ 1 ਮਹੀਨਾ ਪਹਿਲਾਂ ਵੀ ਜਿਹੜਾ ਹੈ ਜਿਵੇਂ ਕਿ 6 ਤਰੀਕ ਨੂੰ ਇਹ ਹਾਦਸਾ ਵਾਪਰਿਆ, ਤਾਂ 4 ਤਰੀਕ ਨੂੰ ਬੀਤੀ 4 ਤਰੀਕ ਨੂੰ ਮਤਲਬ 1 ਮਹੀਨਾ ਪਹਿਲਾਂ ਉਹਨਾਂ ਦੇ ਨਾਲ ਵੀ ਅਜਿਹਾ ਹਾਦਸਾ ਜਿਹੜਾ ਹੈ ਉਹ ਉਦੋਂ ਵੀ ਵਾਪਰਿਆ ਸੀ, ਅਤੇ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਉਹਨਾਂ ਨੇ ਕੰਪਲੇਂਟ ਜਿਹੜੀ ਹੈ ਉਹ ਦਰਜ ਕਰਵਾਈ ਸੀ, ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈ ਉਹ ਕੋਈ ਵੀ ਐਕਸ਼ਨ ਜਿਹੜਾ ਇਸ ਦੇ ਖਿਲਾਫ ਨਹੀਂ ਲਿਆ ਗਿਆ। ਤੇ ਇੱਕ ਵਾਰ ਫਿਰ ਤੋਂ ਚੋਰਾਂ ਦੇ ਹੌਸਲੇ ਜਿਹੜੇ ਨੇ ਕਿਤੇ ਨਾ ਕਿਤੇ ਬੁਲੰਦ ਹੋਏ ਨਜ਼ਰ ਆਏ, ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਜਿਹੜੀ ਹੈ ਉਦੋਂ ਨਹੀਂ ਕੀਤੀ ਸੀ। ਤਾਂ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ, 1 ਵਿਅਕਤੀ ਦੇ ਨਾਲ ਨਹੀਂ 2 ਵਿਅਕਤੀਆਂ ਦੇ ਨਾਲ ਇਹ ਮਾਮਲਾ ਜਿਹੜਾ ਹੈ ਉਹ ਵਾਪਰਿਆ ਹੈ। 3ਵੀ ਵਾਰ ਇਹ ਚੋਰੀ ਜਿਹੜੀ ਹੈ ਉਹ ਹੋਈ ਹੈ, ਜਿਸ ਦੇ ਵਿੱਚੋਂ ਦੱਸਦੇ ਹੀ 1 ਵਿਅਕਤੀ ਨੇ ਹੋਰ ਆਪਣੀ ਜਿਹੜੀ ਹੈ ਆਪਬੀਤੀ ਸੁਣਾਈ ਹੈ ਕਿ ਉਹਨਾਂ ਦੀ ਸਟੈਪਨੀ ਜਿਹੜੀ ਹੈ ਉਹ ਚੋਰੀ ਕੀਤੀ ਗਈ ਅਤੇ ਤਾਰ ਜਿਹੜੀ ਹੈ ਉਹਨਾਂ ਦੀ ਗੱਡੀ ਦੇ ਵਿੱਚ ਉਹ ਵੀ ਚੋਰੀ ਕੀਤੀ ਗਈ। ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਚੋਰਾਂ ਨੇ ਜਿਹੜੀ ਹੈ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਜਿਹੜਾ ਹੈ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਤਾਂ ਸੀਸੀਟੀਵੀ ਫੁਟੇਜ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਸ਼ਾਤਿਰ ਦਿਮਾਗ ਦੇ ਨਾਲ ਗੱਡੀਆਂ ਦੇ ਵਿੱਚੋਂ ਸਮਾਨ, ਡੀਜ਼ਲ, ਸਟੈਪਨੀ ਵਗੈਰਾ ਜਿਹੜੀ ਹੈ ਉਹ ਚੋਰੀ ਕੀਤੀ ਜਾ ਰਹੀ ਹੈ। ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਣਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹਾ ਕਰਨ ਵਾਲਿਆਂ ਦੇ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਭਾਈ ਮੇਰਾ ਨਾਮ ਰਾਹੁਲ ਹੈ, ਮੈਂ ਪਿੰਡ ਧੀਰਾ ਜੱਟਾ ਰਹਿਣ ਵਾਲਾ ਜੀ। ਭਾਈ ਮੇਰੀ ਛੋਟੀ ਗੱਡੀ ਆ ਛੋਟਾ ਹਾਥੀ, ਅੱਜ ਤੋਂ 2 ਮਹੀਨੇ ਪਹਿਲੇ ਮੇਰੀ ਗੱਡੀ ਵਿੱਚੋਂ ਤਾਰ ਚੋਰੀ ਕੀਤੀ ਗਈ ਆ। 100 ਮੀਟਰ ਤਾਰ ਸੀ ਮੇਰੀ ਗੱਡੀ ਦੇ ਵਿੱਚ, ਅਤੇ ਮੇਰੇ ਕੋਲ CCTV ਫੁਟੇਜ ਸਾਰੀ ਪਈ ਆ। ਮੈਂ ਥਾਣੇ 4 ਵਾਰੀ ਜਾ ਚੁੱਕਿਆ, 2 ਨੰਬਰ 2 ਥਾਣੇ ਦੇ ਵਿੱਚ ਮੈਂ ਰਿਪੋਰਟ ਆਪਣੀ ਦਰਜ ਕਰਵਾਈ ਸੀ, ਪਰ ਅੱਜ ਤੱਕ ਕੋਈ ਵੀ ਥਾਣੇਦਾਰ ਜਾਂ ਕੋਈ ਮੁਲਾਜ਼ਮ ਬੰਦਾ ਕਾਰਵਾਈ ਕਰਨ ਨਹੀਂ ਆਇਆ, ਤੇ ਕੋਈ ਪੁੱਛਣ ਤੱਕ ਨਹੀਂ ਆਇਆ ਸਾਨੂੰ ਇੱਥੇ ਕਿ ਭਾਈ ਤੁਹਾਡੀ ਗੱਡੀ ਚੋਰੀ ਹੋਈ ਜਾਂ ਕੀ ਹੋਇਆ। ਤੁਸੀਂ ਕੀ ਮੰਗ ਕਰਦੇ? ਮੈਂ ਭਾਈ ਮੰਗ ਇਹੀ ਕਰਦਾ ਕਿ ਜਿਨ੍ਹਾਂ ਨੇ ਵੀ ਚੋਰੀ ਕੀਤੀ ਆ ਜਾਂ ਸਾਡੇ ਪਿੰਡ 'ਚ ਚੋਰੀਆਂ ਵਾਰਦਾਤਾਂ ਹੋ ਰਹੀਆਂ, ਪੁਲਿਸ ਆ ਕੇ ਆਪਣੀ ਕਾਰਵਾਈ ਕਰਨ, ਚੋਰਾਂ ਨੂੰ ਜਲਦ ਤੋਂ ਜਲਦ ਫੜਨ। ਅੱਜ ਨੂੰ ਸਾਡੀ ਗੱਡੀਆਂ ਵਿੱਚ ਚੋਰੀ ਹੋ ਰਹੀ ਆ, ਕੱਲ੍ਹ ਨੂੰ ਭਾਜੀ ਘਰਾਂ ਵਿੱਚ ਚੋਰੀਆਂ ਹੋਣਗੀਆਂ, ਫਿਰ ਅਸੀਂ ਕੀ ਕਰਾਂਗੇ? ਹੁਣ ਨਹੀਂ ਮੁਲਾਜ਼ਮ ਆ ਰਹੇ, ਕੱਲ੍ਹ ਨੂੰ ਘਰਾਂ 'ਚ ਚੋਰੀਆਂ ਹੋਣਗੀਆਂ, ਕੱਲ੍ਹ ਨੂੰ ਕੀ ਕਰਨਗੇ? ਅਤੇ ਸਾਡੇ ਪਿੰਡ ਵਿੱਚ ਭਾਜੀ ਅੱਜ ਤੱਕ ਨਿੱਤ 4th ਦਿਨ ਚੋਰੀ ਹੁੰਦੀ ਆ, ਪਰ ਅੱਜ ਤੱਕ ਕੋਈ ਵੀ ਮੁਲਾਜ਼ਮ ਜਾਂ ਪੁਲਿਸ ਵਾਲਾ ਕੋਈ ਕਾਰਵਾਈ ਕਰਨ ਨਹੀਂ ਆਉਂਦਾ ਸਾਡੇ ਇੱਥੇ। ਸਾਡੀ ਇਹੀ ਹੈ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਸਾਡੇ ਇੱਥੇ ਆਉਣ, ਆ ਕੇ ਮੌਕੇ ਵਾਰਦਾਤ ਚੈੱਕ ਕਰਨ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਅੱਜ ਤੱਕ ਕੋਈ ਵੀ ਪੁਲਿਸ ਵਾਲਾ ਇੱਥੇ ਨਹੀਂ ਫੇਰਾ ਮਾਰਨ ਆਉਂਦਾ ਸਾਡੇ। ਭਾਅ ਜੀ ਗੱਲਬਾਤ ਇੱਦਾਂ ਵਾ, ਮੈਂ ਇੱਕ ਨਾਰਮਲ ਜਿਹਾ ਬੰਦਾ ਹਾਂ, ਇੱਕ ਛੋਟੀ ਜਿਹੀ ਗੱਡੀ ਹੈ ਮੇਰੇ ਕੋਲ, ਆਪਣਾ ਕੰਮ ਕਾਰ ਕਰੀਦਾ, ਰੋਟੀ ਪਾਣੀ ਚਲਾਈਦਾ ਘਰ ਦਾ,
ਇੱਕ ਮਹੀਨੇ ਪਹਿਲਾਂ ਅੱਜ ਤੇ ਜਿਹੜੀ ਅੱਜ ਦੀ ਕਾਰਵਾਈ ਆ ਉਹ ਭਾਅ ਜੀ ਮੇਰੀ ਗੱਡੀ ਤੇ ਅੱਜ ਡੀਜ਼ਲ ਚੋਰੀ ਹੋ ਗਿਆ। ਮੈਂ ਅੱਜ ਜਾਣਾ ਸੀਗਾ, ਮੈਂ ਚੱਲ ਸਵੇਰੇ ਸਵੇਰੇ ਫੇਰਾ ਫੁਰਾ ਮਾਰਦਾ ਆ ਕੇ ਰਾਤੀ ਡੀਜ਼ਲ ਪਵਾ ਕੇ ਲਿਆਂਦਾ। 85 ਲੀਟਰ ਗੱਡੀ ਦੇ ਵਿੱਚ ਡੀਜ਼ਲ ਸੀ, ਉਹਨਾਂ ਨੇ ਪਹਿਲਾਂ ਡੀਜ਼ਲ ਕੱਢਿਆ ਆ ਕੇ, ਫਿਰ ਉਹਨਾਂ ਨੇ ਮੇਰੀ ਉਹਨੂੰ ਬੈਟਰੀ ਨੂੰ ਹੱਥ ਪਾਇਆ, ਬੈਟਰੀ ਲਾ ਕੇ ਉਹ ਨਹੀਂ ਨਿਕਲੀ ਇਹਨਾਂ ਕੋਲ। ਫਿਰ ਗੱਡੀ ਦੇ ਵਿੱਚ 55-52 ਸੌ ਰੁਪਈਆ ਸੀਗਾ ਥੈਲੇ ਦੇ ਵਿੱਚ, ਥੈਲਾ ਵੀ ਇਹਨਾਂ ਨੇ ਕੱਢ ਕੇ ਸਾਰੇ ਖਿਲਾਰੇ ਪਾਏ ਆ, ਉਹ ਵੀ ਥੈਲੇ 'ਚ ਵੀ 52 ਸੌ ਰੁਪਈਆ ਇਹਨਾਂ ਨੇ 53-53 ਸੌ ਰੁਪਈਆ ਉਹ ਵੀ ਕੱਢਿਆ ਇਹਨਾਂ ਨੇ। ਹੁਣ ਮੈਂ ਆ ਕੇ ਇੰਨਾ ਹਾਰ ਕੇ ਭਾਅ ਜੀ ਮੈਂ ਦੁਖੀ ਹੋ ਗਏ, ਹੁਣ ਵੀ ਮੈਂ ਦਰਖਾਸਤ ਲਿਖਾ ਆ ਕੀ ਪੁਲਿਸ ਵੱਲੋਂ। ਪੁਲਿਸ ਵਾਲੇ ਕਹਿੰਦੇ ਕਾਰਵਾਈ ਕਰਦੇ ਆ, ਤੁਸੀਂ ਚਲੋ ਘਰ, ਅਸੀਂ ਤੁਹਾਡੇ ਮਗਰ ਹੀ ਆਏ ਅਸੀਂ ਗੱਡੀ ਲੈ ਕੇ ਮੁਲਾਜ਼ਮ ਲੈ ਕੇ। ਪਰ ਅੱਜ ਤੋਂ 1 ਮਹੀਨੇ ਪਹਿਲਾਂ ਮੇਰੀ ਦੂਜੀ ਗੱਡੀ ਆ, ਉਹ 6 ਟਾਰੀ, ਉਹ ਵੀ 6 ਟਾਰੀ ਆ, ਉਹ ਮੇਰਾ ਡਰਾਈਵਰ ਚਲਾਉਂਦਾ, ਮੇਰੇ ਤਾਏ ਦਾ ਬੇਟਾ ਹੀ ਚਲਾਉਂਦਾ। ਹਾਂ, ਉਹ ਤੋਂ 1 ਮਹੀਨਾ ਐਸੇ ਅੱਜ 6 ਤਰੀਕ ਆ, ਉਦਣ 4 ਤਰੀਕ 3 ਦੀ ਰਾਤ ਨੂੰ ਉਹਦੀ ਸਟੱਪਣੀ ਚੋਰੀ ਹੋਈ ਆ, ਉਹਦੀ ਵੀ ਮੈਂ ਦਰਖਾਸਤ ਲਿਖਾ ਆ, ਉਹਦੀ ਕੋਈ ਕਾਰਵਾਈ ਨਹੀਂ ਹੋਈ। ਅੱਜ ਤਾਂ ਅਸੀਂ ਜਾ ਕੇ ਹੱਥ ਤੋਂ ਵੱਧ ਹੀ ਉਹਨਾਂ ਦੇ ਅੱਗੇ ਹੱਥ ਜੋੜਦੇ, ਹੁਣ ਤਾਂ ਲੋਕਾਂ ਦੇ ਹੱਥ ਤੋਂ ਵੱਧ ਹੀ ਉਹਨਾਂ ਦੇ ਟੱਪ ਹੀ ਗਿਆ, ਹੁਣ ਤਾਂ ਡੀਜ਼ਲ ਵੀ ਲੱਗ ਗਿਆ, ਬੈਟਰੀ ਵੀ ਇਹਨਾਂ ਨੇ ਚੋਰੀ ਕਰਨ ਦੀ ਕੋਸ਼ਿਸ਼, ਬਟ ਬੈਟਰੀ ਨਾਲ ਹੋਈ ਨਹੀਂ ਹੈਗੀ, ਪਤਾ ਨਹੀਂ ਕਾਹਲੀ 'ਚ ਨਹੀਂ ਹੋਈ ਜਾਂ ਕਿੱਦਾਂ ਨਹੀਂ, ਪਰ ਡੀਜ਼ਲ ਮੇਰਾ ਸੀ 85 ਲੀਟਰ ਡੀਜ਼ਲ ਹੀ ਗੱਡੀ ਵਿੱਚੋਂ ਸਾਰਾ ਚੋਰੀ ਕਰਕੇ ਲੈ ਗਿਆ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਭਾਅ ਜੀ ਮੈਂ ਪ੍ਰਸ਼ਾਸਨ ਕੋਲ ਮੰਗ ਕਰਦਾ ਕਿ ਜਿਹੜੇ ਵੀ ਬੰਦੇ ਚੋਰੀ ਕਰਦੇ ਆ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ। ਭਾਅ ਜੀ ਇੱਦਾਂ ਦੇ ਘਰਾਂ 'ਚ ਪੈਣਗੀਆਂ ਅਤੇ ਗੱਡੀਆਂ ਦੇ ਘਰਾਂ 'ਚ ਹੀ ਬਾਹਰ ਹੀ ਲੱਗਣੀਆਂ ਰੋਡਾਂ 'ਤੇ ਹੀ, ਪਰ ਕੱਲ੍ਹ ਨੂੰ ਜਿਹੜੀਆਂ ਗੱਡੀਆਂ ਦੇ ਜਦੋਂ ਮੁੱਕ ਗਏ ਕੰਮ ਕਾਜ, ਟਾਇਰ ਨਵੇਂ ਗੱਡੀਆਂ ਦੇ, ਸਟੱਪਣੀ 'ਤੇ ਚੋਰੀ ਹੋ ਗਈ, ਹੁਣ ਕੱਲ੍ਹ ਨੂੰ ਟਾਇਰਾਂ ਨੂੰ ਹੱਥ ਪਾਉਣਗੇ, ਫਿਰ ਘਰਾਂ ਨੂੰ ਜਾਣਗੇ। ਪੁਲਿਸ ਅੱਗੇ ਮੁਲਾਜ਼ਮਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਸ਼ਾਸਨ ਦੇ ਕਿ ਚੋਰਾਂ ਨੂੰ ਫੜੋ, ਜਲਦੀ ਤੋਂ ਜਲਦੀ ਫੜੋ ਇਹਨਾਂ ਦੇ, ਇਹਨਾਂ ਦਾ ਮਤਲਬ ਕਿ ਦਿਲ ਵੱਧ ਗਏ ਹੋਏ, ਹੋਰ ਕੁਛ ਨਹੀਂ ਹੈਗਾ, ਇਹਨਾਂ ਦਿਲ ਵੱਧ ਗਏ ਕਿ ਸਾਨੂੰ ਕੋਈ ਪੁੱਛਦਾ ਨਹੀਂ ਹੈਗਾ। ਮੈਂ ਬਹੁਤ ਜ਼ਿਆਦਾ ਤੰਗ ਹਾਂ ਭਾਅ ਜੀ।